सब्सक्राइब करो NC7 न्यूज नु ते लेटेस्ट अपडेट पाने लिए प्रेस करो बेल आइकन। इस वेले दी अहम खबर आ रही है जलंधर तो, जिथे कोरोना का वड्डा ब्लास्ट होया। एक ही दिन दे विच कोरोना दे 94 नवे मरीज सामने आए ने। हालांकि पंजाब भर दे विच तेजी नाल कोरोना दे मरीज ठीक भी हो रहे ने, पर नवे मरीजां दा सामने आउण दा सिलसिला थमण दा नाम नहीं लै रहा। इस तों पहलां कल जलंधर दे विच कोरोना दे 19 नवे मामले सामने आए सन, जबकि अज एक वड्डा कोरोना ब्लास्ट होया ते 54 कोरोना दे नवे मरीज जलंधर दे विच सामने आए ने। हालांकि मरीज केड़े इलाकियां नाल संबंधित ने यह अजे स्पष्ट नहीं होया, पर इन्नी वड्डी तादाद दे विच नवे मरीजां दे सामने आउण दे नाल दहशत दा माहौल जरूर बन गया है। ਬਠਿੰਡਾ ਜ਼ਿਲ੍ਹੇ ਨੂੰ ਕੋਰੋਨਾ ਤੇਜ਼ੀ ਨਾਲ ਆਪਣੀ ਚਪੇਟ 'ਚ ਲੈ ਰਿਹਾ ਹੈ। ਲੌਕਡਾਊਨ 'ਚ ਢਿੱਲ ਮਿਲਣ ਬਾਅਦ ਲੋਕ ਇਸ ਤੋਂ ਬਚਣ ਲਈ ਸਾਵਧਾਨੀਆਂ ਨਹੀਂ ਵਰਤ ਰਹੇ, ਜਿਸ ਕਾਰਨ ਹਰ ਰੋਜ਼ ਕੋਰੋਨਾ ਪੀੜਿਤ ਮਰੀਜ਼ ਸਾਹਮਣੇ ਆ ਰਹੇ ਨੇ। ਅੱਜ ਜ਼ਿਲ੍ਹੇ 'ਚ ਕੋਰੋਨਾ ਦੇ 7 ਨਵੇਂ ਪੋਜ਼ਿਟਿਵ ਕੇਸ ਸਾਹਮਣੇ ਆਏ ਨੇ। ਇਸ ਤੋਂ ਬਿਨਾਂ ਅੱਜ 264 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਨੇ। ਬਠਿੰਡਾ ਜ਼ਿਲ੍ਹੇ ਦੇ ਅੰਦਰ ਹੁਣ ਤੱਕ 5 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਜ਼ਿਲ੍ਹੇ 'ਚ ਹੁਣ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 33 ਹੋ ਗਈ ਹੈ। कोरोना महामारी जिथे पूरे देश दे विच पैर पसार रही है, उथे पूरे पंजाब विच कैप्टन सरकार दे मिशन फतेह तहत लोकां नूं जागरूक कीता जा रहा है। अजिहा एक वड्डा उपराला पुलिस कमिश्नर राकेश अग्रवाल की अगवाई दे विच कीता जा रहा है। जिला प्रशासन वालों अज मिशन फतेह नूं लैके कीते जा रहे कम्मां संबंधी जानकारी सांझी कीती है। लुधियाना दे पुलिस कमिश्नर राकेश अग्रवाल ने कहा कि लोक अपने घरां च रहण ते अपने आप नूं सुरक्षित रखण, जिस लई लोकां नूं वड्डे पद्धर ते जागरूक कीता जा रहा है। उन्हां दस्सिया कि लुधियाना विच हुण तक 25 पुलिस मुलाजम कोरोना तों पीड़ित ने, जिन्हां दा वख-वख हस्पतालां विच इलाज चल रहा है। उन्हां कहा कि साडा मुख टीचा पंजाब नूं मिशन फतेह दे तहत महामारी तों मुक्त करना है, जिस लई ओह पूरी वाह लगा रहे ने। ਜਿਹੜੀ ਇਹ ਕੋਰੋਨਾ ਦੀ ਬਿਮਾਰੀ ਹੈ, ਇਹਦਾ ਖਤਰਾ ਹਲੇ ਕੋਈ ਟਲਿਆ ਨਹੀਂ, ਸਗੋਂ ਵੱਧ ਗਿਆ ਹੈਗਾ। ਇਹਦੇ ਲਈ ਸਾਰਿਆਂ ਨੂੰ ਇਹ ਅਪੀਲ ਹੈ ਕਿ ਮਾਸਕ ਵਗੈਰਾ ਲਗਾ ਕੇ ਹੀ ਬਾਹਰ ਨਿਕਲਣ, ਸੋਸ਼ਲ ਡਿਸਟੈਂਸਿੰਗ ਪ੍ਰੋਪਰ ਮੇਨਟੇਨ ਕਰਕੇ ਰੱਖਣ, ਆਪਣੇ ਹੈਂਡ ਵਾਸ਼ ਕਰਦੇ ਰਹਿਣ, ਇਹ ਸਾਰੀਆਂ ਹਿਦਾਇਤਾਂ ਦਾ ਫੋਲੋ ਕਰਨ, ਸਾਰੀ ਹਿਦਾਇਤਾਂ ਨੂੰ। ਐਂਡ ਜਦੋਂ ਤੱਕ ਲੋੜ ਨਾ ਹੋਵੇ ਉਦੋਂ ਤੱਕ ਘਰ ਤੋਂ ਬਾਹਰ ਨਾ ਨਿਕਲੇ। ਦੇਖੋ ਲੁਧਿਆਣੇ ਦੀ ਪਾਪੂਲੇਸ਼ਨ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੈ, ਸਾਡੇ ਕੇਸਿਸ ਵੀ ਜ਼ਿਆਦਾ ਆ ਰਹੇ ਹਨ। ਇਸ ਕਰਕੇ ਸਾਰੀ ਪਬਲਿਕ ਨੂੰ ਅਪੀਲ ਹੈ ਕਿ ਉਹ ਆਪਣੇ ਘਰਾਂ ਦੇ ਅੰਦਰ ਰਹਿਣ, ਜਦੋਂ ਤੱਕ ਲੋੜ ਨਾ ਪਵੇ ਉਦੋਂ ਹੀ, ਲੋੜ ਪੈਣ 'ਤੇ ਹੀ ਬਾਹਰ ਨਿਕਲਣ। ਅਗਲੀ ਖਬਰ ਦਾ ਰੁਖ ਕਰਦੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ। ਕੋਰੋਨਾ ਮਹਾਮਾਰੀ ਦਾ ਮੱਕੜ ਜਾਲ ਲਗਾਤਾਰ ਵੱਧਦਾ ਜਾ ਰਿਹਾ ਹੈ। ਜ਼ਿਲ੍ਹੇ ਦੇ ਵਿੱਚ ਐਤਵਾਰ ਨੂੰ 14 ਨਵੇਂ ਮਾਮਲੇ ਦਰਜ ਕੀਤੇ ਗਏ ਨੇ, ਜਦਕਿ ਇੱਕ ਹੋਰ ਮਰੀਜ਼ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਮਰੀਜ਼ ਬੀ ਬਲਾਕ ਰਣਜੀਤ ਐਵੀਨਿਊ, ਇੱਕ ਭਗਤ ਸਿੰਘ ਕਲੋਨੀ, ਇੱਕ ਰਾਜਾ ਸ਼ਾਂਸ਼ੀ, ਇੱਕ ਮਜੀਠਾ ਰੋਡ, ਇੱਕ ਇੰਦਰਾ ਕਲੋਨੀ, ਇੱਕ ਪ੍ਰੀਤ ਨਗਰ, ਜਦਕਿ ਇੱਕ ਮਰੀਜ਼ ਕਬੀਰ ਨਗਰ ਤੋਂ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ 3 ਮਰੀਜ਼ ਪਹਿਲਾਂ ਹੀ ਕੋਰੋਨਾ ਦੀ ਗ੍ਰਿਫਤ 'ਚ ਆਏ ਆਨੰਦ ਨਗਰ ਦੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਨੇ, ਜਦਕਿ ਇੱਕ ਹੋਰ ਮਾਮਲਾ ਸ਼ਹੀਦ ਊਧਮ ਸਿੰਘ ਕਲੋਨੀ, ਇੱਕ ਗੰਡਾ ਸਿੰਘ ਕਲੋਨੀ ਅਤੇ ਕਬੀਰ ਪਾਰਕ ਤੋਂ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੋਰੋਨਾ ਮਹਾਮਾਰੀ ਦੇ ਨਾਲ ਪੀੜਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 996 ਤੇ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 807 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਨੇ, ਜਦਕਿ ਜ਼ਿਲ੍ਹੇ ਵਿੱਚ 48 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਇਸ ਤੋਂ ਇਲਾਵਾ 160 ਤੋਂ ਵੱਧ ਮਰੀਜ਼ ਅਜੇ ਵੀ ਜ਼ਿਲ੍ਹੇ ਵਿੱਚ ਸਰਗਰਮ ਨੇ। ਦੂਜੇ ਪਾਸੇ ਵੱਡੀ ਗਿਣਤੀ ਵਿੱਚ ਲਗਾਤਾਰ ਸਾਹਮਣੇ ਆ ਰਹੇ ਕੋਰੋਨਾ ਦੇ ਮਰੀਜ਼ਾਂ ਦੇ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਅੰਦਰ  193 ਨਵੇਂ ਮਾਮਲੇ ਦਰਜ ਹੋਏ ਨੇ ਅਤੇ 5 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 5,937 ਹੋ ਚੁੱਕੀ ਹੈ। ਜੇਕਰ ਮੌਤਾਂ ਬਾਰੇ ਗੱਲ ਕਰੀਏ ਤਾਂ ਕੱਲ੍ਹ ਅੰਮ੍ਰਿਤਸਰ 'ਚ 3 ਅਤੇ ਲੁਧਿਆਣਾ ਵਿੱਚ 2 ਲੋਕਾਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਸੂਬੇ ਵਿੱਚ ਕੁੱਲ 324,054 ਲੋਕਾਂ ਦੇ ਹੁਣ ਤੱਕ ਸੈਂਪਲ ਲਏ ਜਾ ਚੁੱਕੇ ਨੇ, ਜਿਨ੍ਹਾਂ ਵਿੱਚੋਂ 5,937 ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਅਤੇ ਇੱਥੇ ਰਾਹਤ ਦੀ ਗੱਲ ਇਹ ਹੈ
कि इन्हां दे विचों 4,266 लोग सेहतयाब हो चुके ने। इस तरह हुण इत्थे 1,514 एक्टिव केस ने, जिक्र योग है कि सूबे विच कोरोना वायरस दे केसां ते एक समय काबू पा लिया सी, पर हुण लगातार बाहर तो आ रहे लोकां नाल पंजाब विच एक बार फिर तो कोरोना केसां ने तेजी फड़ ली है। इसका एक वड्डा कारण यह भी है कि लोग हुण कोरोना नूं ज्यादा गंभीरता दे नाल भी नहीं लै रहे अते रोजाना ही लोकां नूं बिना मास्क ते सोशल डिस्टेंसिंग दीआं धज्जियां उड़ाउंदे देखिया जांदा है। कोरोना लाग की बीमारी पंजाब च दिन ब दिन वधदी जा रही है। ताज़ा मामले च गुरदासपुर तो 4 पॉजिटिव केस सामने आए हैं। इस दे नाल ही इत्थे हुण कुल पॉजिटिव केसां दा अंकड़ा 254 तक पहुँच गया है, जिन्हां चों 202 मरीज ठीक होकर घरां नूं जा चुके हैं अते 6 मरीज कोरोना खिलाफ जंग लड़ते हुए मौत दे मुँह च जा चुके हैं। गुरदासपुर च हुण उंज सरगर्म केसां की गिनती 46 है। मौजूदा समय के दौरान जिला गुरदासपुर विखे कोरोना मरीजों की संख्या में लगातार वाधा दर्ज किया जा रहा है। इस लड़ी के तहत जिले भर अंदर हुण तक कुल 6 लोगों की कोरोना नाल मौत हो चुकी है, जदों कि जिला सेहत विभाग के मुताबिक जिले अंदर कुल 42 एक्टिव केस मौजूद ने। उत्थे जेकर इकले डेरा बाबा नानक की गल की जाए तो वर्तमान में इतों के 17 लोग कोरोना पॉजिटिव पाए गए हैं, 3 होर मरीज अजिहे ने जो डेरा बाबा नानक के नाल लगते पिंडां दे वसनीक ने। इस दे नाल ही जेकर अज सामने आए कोरोना मरीजों की गल करिए, जिले भर अंदर कुल 8 कोरोना पॉजिटिव केस सामने आए हैं, जिन्हां दे विचों इकले डेरा बाबा नानक दे 7 मरीज शामिल ने, जदों कि एक मरीज बटाले दा दस्सिया जा रहा है। इस स्थिति नूं ध्यान विच रखदिया होया जिला प्रशासन दे वल्लों डेरा बाबा नानक नूं पूरी तरह नाल सील करन दे हुक्म जारी कीते जाण दे मगरों स्थानक पुलिस वल्लों अनाउंसमेंट कराउण दे नाल नाल आप जाके पूरे खेतर दीआं दुकानां बंद कराईआं गईआं। सेहत मंत्रालय के मुताबिक भारत कोरोना वायरस के पिछले 24 घंटों के 22,771 मामले सामने आए थे, 442 लोगों की मौत हो गई है। यह एक दिन सब तो ज्यादा मामले सामने आए हैं। देश में हुण तक 648,315 मामले सामने आ गए हैं, इन्हां 235,433 एक्टिव केस ने, 3,94,237 संक्रमण तो उभर गए ने। उत्थे 18,655 लोगों की मौत हो गई है। कोरोना के सब तो ज्यादा मामले महाराष्ट्र च सामने आए ने। मरीजों की गिनती 1,92,990 हो चुकी है, इन्हां च 79,927 एक्टिव केस ने। पंजाब प्रदेश पल्लेदार मजदूर यूनियन रामपुरा फूल का कोरोना महामारी नूं लैके एक निक्का जिहा उपराला। शरीरक दूरी का ख्याल रखो, मुंह मास्क या रुमाल दे नाल ढक के रखो, बार बार अपने हाथों नूं साबण दे नाल साफ करो, बिना काम तो करो बाहर ना निकलो, अपने घरां च रहो ते अपने आप नूं सेफ रखो। इस विच ही कोरोना तो बचा है।